ਕਿੰਨੇ ਬੰਦਿਆਂ ਦੀ ਮੌਤ ਹੋਈ ਹੈ ਬਰੀਫ ਕਰ। ਤੇ ਸਾਨੂੰ ਸੂਚਨਾ ਮਿਲੀ ਸੀ ਕਿ ਚਤਰਪੁਰ ਪਿੰਡ ਖੇਤਾਂ ਦੇ ਵਿੱਚ, ਚਤਰਨਗਰ ਪਿੰਡ ਥਾਣਾ ਸ਼ੰਭੂ ਦੇ ਏਰੀਏ 'ਚ ਖੇਤਾਂ 'ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਸੀਗਾ। ਉਹਦੇ ਮੱਦੇਨਜ਼ਰ ਜਿਹੜੀ ਹੈਗੀ ਹੈ ਚਗਾਵਾਂ ਸੋਰੀ ਨਗਾਵਾਂ ਅਤੇ ਚਤਰਪੁਰ ਦੇ ਬੰਦੇ ਨੇ ਜਿਹੜੀ ਹੈ ਆਪਸੀ ਲੜਾਈ ਹੋ ਗਈ, ਜਿਹਦੇ ਵਿੱਚ ਇੱਕ ਪਾਸੋਂ ਨਗਾਵਾਂ ਦੇ ਪਿਓ ਪੁੱਤ ਜਸਵਿੰਦਰ ਸਿੰਘ ਅਤੇ ਉਹਦਾ ਬਾਪ ਦਿਲਵਾਗ ਸਿੰਘ, ਉਹਨਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਆ ਉਹ ਮੌਕੇ ਦੀ ਮੌਤ ਹੋਈ ਹੈ। ਮੌਕੇ 'ਤੇ ਖੜ੍ਹੇ ਅਸੀਂ ਮੌਕਾ ਮਿਲਿਆ ਕਰ ਲਿਆ, ਸਾਰੇ ਹਾਲਾਤ ਮੁਤਾਬਕ ਕਰਕੇ ਜਿਹੜੀ ਬੰਦੀ ਕਾਰਵਾਈ ਜੋ ਵਾਰਸ ਜਾਣਦੇ ਨੇ ਉਹਦੇ ਮੁਤਾਬਕ ਅਨੁਸਾਰ ਕੀਤੀ ਗਈ ਹੈ। ਸਰ ਗੋਲੀਆਂ ਕਿੰਨੀਆਂ ਚੱਲੀਆਂ ਨੇ ਜੀ? ਇਸ ਤਰੀਕੇ ਨਹੀਂ ਦੱਸਿਆ ਜਾ ਸਕਦਾ ਜੀ, ਇੱਦਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪੋਸਟਮਾਰਟਮ ਤੋਂ ਬਾਅਦ ਜਿਹੜੀ ਹੈ ਉਹ ਸਾਰੀ ਗੱਲ ਸਾਹਮਣੇ ਸਰ ਆਉਗੀ। ਉਮਰ ਕਿੰਨੀ ਹੈ ਜੀ? ਕਿੰਨੇ ਕੁ ਸਰ ਜੀ ਜ਼ਖਮੀ ਮੌਕੇ ਦੇ ਉੱਪਰ ਕੀ ਕੁਛ ਮਿਲਿਆ ਹੈਗਾ? ਇਹ ਸਾਰਾ ਜੀ ਪੜਤਾਲ ਕਰ ਰਹੇ ਹਾਂ। ਇੱਕ ਜਿਹੜਾ ਬੰਦਾ ਹੈਗਾ ਸਤਵਿੰਦਰ ਸਿੰਘ, ਉਹ ਕਰੀਬ 35-40 ਸਾਲ ਦਾ ਹੈ। ਦੂਸਰੇ ਜਿਹੜੇ ਇੱਕ 40-42 ਸਾਲ ਦਾ, ਇੱਕ ਜਿਹੜਾ ਹੈਗਾ 55 ਸਾਲ ਦਾ। ਸਰ ਕੋਈ ਫੱਟੜ ਵੀ ਹੈ ਜੀ? ਇਹ ਦੋ ਤਿੰਨ ਬੰਦੇ ਫੱਟੜ ਵੀ ਦੱਸੇ ਜਾਂਦੇ, ਜਿਹਨਾਂ ਬਾਰੇ ਹਜੇ ਕਿਹਾ ਨਹੀਂ ਸਕਦਾ ਕੌਣ ਨੇ। ਸਰ ਹੋਸਪਿਟਲ ਦੇ ਪਤਾ ਹੈ ਇੱਥੋਂ ਰਾਜਪੁਰਾ APGN ਹੋਸਪਿਟਲ ਦਾਖਲ ਹੋਏ ਨੇ। ਸਰ ਇਹਨਾਂ ਦਾ ਪੋਸਟਮਾਰਟਮ ਕਿੱਥੇ ਕਰਵਾਇਆ ਜਾ ਰਿਹਾ? ਇਹ ਸਰਕਾਰੀ ਹਸਪਤਾਲ 'ਚ ਕਰਾਇਆ ਜਾ ਰਿਹਾ, ਰਾਜਪੁਰ ਕਰਾਓ। ਸਰ ਜੀ ਜਿਹੜੇ ਇਹਨਾਂ ਦੇ ਕੋਈ ਵਾਰਸ ਹੈਗੇ ਆ ਉਹਨਾਂ ਦੀ ਸ਼ਿਕਾਇਤ ਦੇ ਉੱਪਰ ਕਿਹੜੇ ਸ਼ਿਕਾਇਤ ਦੇ ਉੱਪਰ ਪਰਚਾ ਕਰਨਾ? ਅਜੇ ਵਾਰਸ ਬਿਆਨ ਲਿਖਾ ਰਹੇ ਨੇ, ਜੋ ਵੀ ਬਿਆਨ ਲਿਖਾਉਣਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ ਇਹਦੇ ਵਿੱਚ ਉਹਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਊਗਾ। ਸਖਤੀ ਨਾਲ ਜਿਹੜਾ ਜਿਹਨਾਂ ਨੇ ਗਲਤੀ ਕੀਤੀ ਹੈ ਉਹਨਾਂ 'ਤੇ ਐਕਸ਼ਨ ਲਿਆ ਜਾਏਗਾ। ਸਰ ਇਹ ਜ਼ਮੀਨ ਦਾ ਕੀ ਮਸਲਾ ਸੀ ਜੀ? ਕੋਈ ਠੇਕੇ ਵਗੈਰਾ ਦਾ ਕੀ? ਇਹ ਪੜਤਾਲ ਕਰ ਰਹੇ ਆ, ਕੀ ਮਸਲਾ ਜੀ? ਸਰ ਕੋਈ ਇਵੇਂ ਪਤਾ ਵੀ ਲੱਗ ਰਿਹਾ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ? ਇਹ ਪੜਤਾਲ ਕਰਦੇ ਆ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ 'ਤੇ ਹੋਇਆ ਪਿੰਡਾਂ ਦੇ ਵਿੱਚ, ਬਹੁਤ ਬੰਦੇ ਨੇ ਫੈਸਲਾ ਕਰਵਾਇਆ, ਬਾਕੀ ਅਜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਜਿਹੜਾ ਕੁਛ ਕਿਹਾ ਜਾਵੇਗਾ। ਸਰ ਕੀ ਨਾਂ ਤੁਹਾਡਾ? ਮੇਰਾ ਅਮਰਿੰਦਰ ਸਿੰਘ, ਹੈਪੀ, ਪਿੰਡ ਹਸਨਪੁਰ, ਜ਼ਿਲ੍ਹਾ ਪਟਿਆਲਾ, ਪ੍ਰਧਾਨ ਕਿਸਾਨ ਯੂਨੀਅਨ ਝੁੜੋਨੀ। ਸਰ ਜੀ ਜਿਹੜੀ ਇਹ ਕਤਲ ਹੋਇਆ ਇਹਦੇ ਬਾਰੇ ਜਾਣਕਾਰੀ ਦਿਓ। ਇਹ ਪਿੰਡ ਚਾਦਰਨਗਰ ਦੀ ਜ਼ਮੀਨ ਹੈ ਜੀ, ਇੱਥੇ ਕੰਪਨੀ ਨੇ ਖਰੀਦੀ ਹੋਈ ਹੈ। ਇੱਥੇ ਨਗਾਮੇ ਦੇ ਬੰਦੇ ਦਿਲਵਾਗ ਸਿੰਘ ਅਤੇ ਜੱਸੀ, ਇਹਨਾਂ ਨੇ ਵੀ ਕੰਪਨੀ ਦੀ ਜ਼ਮੀਨ ਲਈ ਹੋਈ ਹੈ, ਚਾਦਰਨਗਰ ਵਾਲਿਆਂ ਨੇ ਵੀ ਲਈ ਹੋਈ ਹੈ। ਇਹਨਾਂ ਦਾ ਆਪਸ ਦੇ ਵਿੱਚ ਕੰਪਨੀ ਦੇ ਜ਼ਮੀਨ ਲੈਣ ਕਰਕੇ ਟਕਰਾਅ ਹੋ ਗਿਆ, ਇਹਦੇ ਵਿੱਚ 3 ਬੰਦੇ ਦੀ ਡੈਥ ਹੋ ਗਈ, ਬਾਕੀ 2 ਬੰਦੇ ਜ਼ਖਮੀ ਹੈ। ਬਾਕੀ ਪੁਲਿਸ ਉਹ ਤਫਤੀਸ਼ 'ਤੇ ਲੱਗੀ ਹੋਈ ਹੈ, ਉਹਦਾ ਕਾਰਨ ਪ੍ਰੋਪਰ ਲੱਭ ਕੇ ਆਪਾਂ ਨੂੰ ਪਤਾ ਲੱਗ ਜਾਊਗਾ ਕਿਆ ਕਾਰਨ ਹੋਇਆ। ਵੈਸੇ ਤਾਂ ਜਿੱਥੇ ਤੱਕ ਹੈ ਵੀ ਕੰਪਨੀ ਦੀ ਜ਼ਮੀਨ ਪਿੱਛੇ ਹੀ ਕਾਰਨ ਹੋਇਆ, ਜਿਹੜੀ ਗੱਲ ਹੋਈ ਹੈ ਬਾਕੀ ਸਰਕਾਰਾਂ ਨੂੰ ਸਭ ਪਤਾ ਹੁੰਦਾ ਵੀ ਕਿਆ ਕੰਪਨੀ ਦਾ ਕਿੱਥੇ ਬੈਠ ਕੇ ਸਮਝੌਤੇ ਕਰਾਂ ਜਾਂ ਕਿੱਥੇ ਨਹੀਂ। ਇਹ ਆਉਣ ਵਾਲਾ ਸਮਾਂ ਅਤੇ ਸਰਕਾਰਾਂ ਸਾਡੇ ਵਾਸਤੇ ਚੰਗੀ ਨਹੀਂ ਹੈਗੀਆਂ। ਪਹਿਲਾਂ ਵੀ ਸਰਕਾਰਾਂ ਰਹੀਆਂ, ਕਦੀ ਕੰਪਨੀ ਦੇ ਵਿੱਚ ਇੰਟਰਫੇਲ ਨਹੀਂ ਹੋਇਆ, ਹੁਣ ਕੰਪਨੀ ਦੇ ਵਿੱਚ ਇੰਟਰਫੇਲ ਕਰਕੇ ਬੰਦੇ ਨੂੰ ਕਹਿੰਦੇ ਬਾਹਰ ਹੋ, ਫਿਰ ਕਤਲ ਹੋ ਗਿਆ ਇੱਥੇ ਸਾਡੇ ਇਲਾਕੇ ਦੇ ਵਿੱਚ। ਇਹ ਆਉਣ ਵਾਲਾ ਸਾਡੇ ਇਲਾਕੇ ਨੂੰ ਅਤੇ ਸਾਨੂੰ ਆਪ ਦੇਖਣਾ ਪੈਣਾ। ਅਸੀਂ ਕੰਪਨੀ ਵਾਲਿਆਂ ਨੂੰ ਚੇਤਾਵਨੀ ਦਿੰਦੇ ਹਾਂ, ਅਸੀਂ ਆਪ ਆਪਣੀ ਜ਼ਮੀਨ ਵਾਹਵਾਂਗੇ ਜਿੱਥੇ ਜਿੱਥੇ ਸਾਡੀ ਜ਼ਮੀਨ ਹੈ, ਅਸੀਂ ਨਹੀਂ ਵੜਨ ਦੇਣਾ। ਜਿਹੜੇ ਉਹਨਾਂ ਦੇ ਪੋਗੇ ਰੱਖੇ ਹੋਏ ਅੱਗੇ, ਭਾਵੇਂ MLA ਹੈ ਕੋਈ ਹੋਰ ਵੀ ਹੈ, ਅਸੀਂ ਵਿਰੋਧ ਕਰਾਂਗੇ ਜੇ ਕੱਲ੍ਹ ਨੂੰ ਇਹ ਜੀ ਘਟਨਾ ਵਰਤਰੀ ਇੱਥੇ ਸਾਡੇ ਇਲਾਕੇ 'ਚ। ਸਾਡਾ ਸਰਕਾਰ ਦੇ ਬਾਹਰ ਖਿਲਾਫ਼ ਅਸੀਂ ਧਰਨਾ ਦੇਵਾਂਗੇ, ਜੇ ਇਹੋ ਜਿਹੀ ਗੱਲਬਾਤ ਹੋਈ ਅਸੀਂ ਧਰਨਾ ਦੇਵਾਂਗੇ। ਸਾਡੇ ਨਾਲ ਨਗਾਮੇ ਦੇ ਸਰਪੰਚ ਵੀ ਹੈ, ਇਹ ਵੀ ਬੋਲਣ। ਇਹ ਇੰਡੋਨੇਸ਼ੀਆ ਕੰਪਨੀ ਦੀ ਜ਼ਮੀਨ ਹੈ। ਇਹ ਦਿਲਵਾਗ ਸਿੰਘ ਹੈ, ਉਹਦਾ ਬੇਟਾ ਹੈਗਾ ਜਸਵੀਰ ਸਿੰਘ ਜੱਸੀ, ਇੱਕ ਚਾਦਰਨਗਰ ਦਾ ਸੱਤਾ ਜੀ। ਜ਼ਖਮੀ ਕਿੰਨੇ ਆ ਸਰ? ਇੱਥੇ